ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ, ਠੀਕ ਠਾਕ? ਹੋਰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ। ਸੋਰੀ, ਕਾਫੀ ਟਾਈਮ ਦਿਨਾਂ ਬਾਅਦ ਮੈਨੂੰ ਮੌਕਾ ਮਿਲਿਆ, ਟਾਈਮ ਮਿਲਿਆ। ਕਾਫੀ ਟਾਈਮ ਬਿਜ਼ੀ ਚੱਲ ਰਿਹਾ ਸੀਗਾ, ਵੀਡੀਓ ਫੋਨ ਦਾ ਟਾਈਮ ਨਹੀਂ ਲੱਗਿਆ ਮੇਰਾ। ਸੋ ਮੈਂ ਮਾਫੀ ਚਾਹੁੰਦੀ ਹਾਂ। ਕਾਫੀ ਮੈਨੂੰ ਫੋਨ ਵੀ ਆ ਰਿਹਾ, ਤੁਹਾਡੀ ਵੀਡੀਓ ਨਹੀਂ ਆਈ, ਤੁਸੀਂ ਵੀਡੀਓ ਪਾਓ। ਅਤੇ ਅੱਜ ਆਪਾਂ ਮਸਲੀਨ ਦਾ ਇਹ ਕੱਪੜਾ, ਗ੍ਰੀਨ ਰੰਗ ਦਾ, ਪਹਿਲਾਂ ਵੀ ਸੇਮ ਮੇਰੇ ਕਾਫੀ ਸੂਟ ਇਹਦੇ ਨਾਲ ਦੇ ਹੋ ਕੇ ਗਏ ਆ। ਕਾਫੀ ਕਲਰ ਕਾਫੀ ਟ੍ਰੈਂਡ ਦੇ ਵਿੱਚ ਵੀ ਹੈ ਅਤੇ ਪਸੰਦ ਵੀ ਕਰ ਰਹੇ ਆ ਕਸਟਮਰ ਮੇਰੇ। ਅੱਜ ਆਪਾਂ ਗੁਲਾਬ ਦਾ ਫੁੱਲ ਬਣਾਵਾਂਗੇ, ਵਨ ਸਟ੍ਰੋਕ ਬਣਾਵਾਂਗੇ। ਅੱਗੇ ਆਪਾਂ ਸ਼ੇਡ ਦੇ ਕੇ ਬਣਾਇਆ ਸੀ, ਪਹਿਲਾਂ ਜਿਹੜਾ ਬਣਾਇਆ ਸੀ। ਹੁਣ ਆਪਾਂ ਬ੍ਰੱਸ਼ ਨੂੰ ਇੱਕੋ ਵਾਰੀ ਦੋਨੋਂ ਕਲਰ ਲਾ ਕੇ ਬਣਾਵਾਂਗੇ, ਠੀਕ ਹੈ ਜੀ। ਇਹਦੇ ਵਿੱਚ ਮੈਂ ਵਾਈਟ ਕਲਰ ਅਤੇ ਪਿੰਕ ਲਊਂਗੀ। ਪਿੰਕ 18 ਨੰਬਰ ਆ, 2 ਨੰਬਰ ਦਾ ਮੇਰੇ ਕੋਲ ਫਲੈਟ ਬ੍ਰੱਸ਼ ਆ। ਬ੍ਰੱਸ਼ ਆਪਾਂ ਦੋ ਵਰਤਾਂਗੇ, ਇੱਕ ਨੂੰ ਇੱਕ ਤਾਂ ਇਹ ਵਾਲਾ ਵਰਤਾਂਗੇ, ਇੱਕ ਆਪਾਂ ਦੋ ਨੰਬਰ ਇੱਕ ਨੰਬਰ ਦਾ ਹੋਰ ਬ੍ਰੱਸ਼ ਵਰਤਾਂਗੇ, ਠੀਕ ਹੈ। ਫਲੈਟ ਬ੍ਰੱਸ਼ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿਸ ਕਿੱਥੇ ਵਰਤਣਾ, ਬਾਕੀ ਮੈਂ ਹਰ ਵੀਡੀਓ ਦੇ ਵਿੱਚ ਭੁੱਲ ਜਾਂਦੀ ਹਾਂ। ਵੀ ਕਸਟਮਰ ਮੈਨੂੰ ਕਹਿੰਦੇ ਵੀ ਤੁਸੀਂ ਮੇਰੇ ਸਾਨੂੰ ਡਿਜ਼ਾਇਨ ਭੇਜੋ, ਅਸੀਂ ਸੂਟ ਪੇਂਟ ਕਰਾਉਣੇ ਆ। ਮੇਰਾ ਜਿਹੜਾ ਇੰਸਟਾ 'ਤੇ ਪੇਜ ਆ ਉਹ ਵਾਹਿਗੁਰੂ ਸੂਟ ਪੇਂਟਿੰਗ ਆ ਉਹਦਾ ਨਾਂ। ਇੰਸਟਾ 'ਤੇ ਮੇਰੇ ਕਾਫੀ ਡਿਜ਼ਾਇਨ ਪਏ ਆ, ਤੁਸੀਂ ਦੇਖਣੇ ਤਾਂ ਉੱਥੇ ਜਾ ਕੇ ਦੇਖ ਸਕਦੇ ਪੇਂਟ ਇੰਸਟਾ 'ਤੇ। ਚਲੋ ਠੀਕ ਹੈ ਜੀ, ਮੈਂ ਸਟਾਰਟ ਕਰਦੀ ਹਾਂ। ਛੋਟੇ ਬ੍ਰੱਸ਼ ਦੇ ਨਾਲ ਆਪਾਂ ਕਰਾਂਗੇ ਹੌਲੀ ਹੌਲੀ। ਇਹਦੇ ਨਾਲ ਸੌਖਾ ਵੀ ਹੋ ਜਾਂਦਾ, ਸਫਾਈ ਵੀ ਬਹੁਤ ਆਉਂਦੀ ਹੈ ਵਨ ਸਟ੍ਰੋਕ ਦੇ ਨਾਲ। ਇਸ ਤਰ੍ਹਾਂ ਹੋ ਗਈ। ਹੁਣ ਆਪਾਂ ਜਿਹੜੀ ਪੱਤੀ ਬਾਕੀ ਦੇ ਰਹੇਗੀ ਦੂਸਰੇ ਬ੍ਰੱਸ਼ ਦੇ ਨਾਲ ਸਿੰਗਲ ਕਲਰ ਆਪਾਂ ਭਰਾਂਗੇ। ਆਪਾਂ ਸਿੰਗਲ ਪਿੰਕ ਸੂਟ ਮੇਰਾ ਥੋੜ੍ਹਾ ਡਾਰਕ ਕਰਕੇ, ਇਸ ਕਰਕੇ ਮੈਂ ਪਹਿਲਾਂ ਹੀ ਇਹਨੂੰ ਵਾਈਟ ਦਾ ਬੇਸ ਦਿੱਤਾ ਹੈ। ਬ੍ਰੱਸ਼ ਮੈਂ ਵੱਡਾ ਲਿਆ, ਪੱਤੀ ਥੋੜ੍ਹੀ ਵੱਡੀ ਸੀ।
ਠੀਕ ਹੈ ਜੀ। ਇਸ ਤਰ੍ਹਾਂ ਆਪਣੀ ਇੱਕ ਪੱਤੀ ਕੰਪਲੀਟ ਹੋ ਗਈ, ਹੁਣ ਆਪਾਂ ਅਗਲੀ ਪੱਤੀ ਤਿਆਰ ਕਰਦੇ ਹਾਂ। ਤੁਸੀਂ ਜੇ ਵੱਡਾ ਬ੍ਰੱਸ਼ ਚਲਾ ਸਕਦੇ ਹਾਂ ਛੋਟੀ ਪੱਤੀ, ਵੱਡਾ ਵੀ ਬ੍ਰੱਸ਼ ਲੈ ਸਕਦੇ ਹਾਂ ਤੁਸੀਂ। ਡਿਜ਼ਾਇਨ ਵੀ ਤੁਸੀਂ ਖੁਦ ਆਪਦੇ ਹੱਥ ਨਾਲ ਨਾ ਡਰਾਅ ਕਰਿਆ ਕਰੋ, ਮੈਂ ਆਪਦੇ ਹੱਥ ਨਾਲ ਹੀ ਬਣਾਇਆ। ਕੋਸ਼ਿਸ਼ ਕਰਿਆ ਕਰੋ ਆਪਦੇ ਹੱਥ ਨਾਲ ਹੌਲੀ ਹੌਲੀ। ਦੇਖੋ ਇਹ ਪੱਤੀ ਤਿਆਰ ਹੋ ਗਈ, ਬਹੁਤ ਜਦੋਂ ਪੂਰਾ ਕੰਪਲੀਟ ਆਪਣਾ ਫਲਾਰ ਬਣੇਗਾ ਉਦੋਂ ਪਤਾ ਲੱਗੂਗਾ ਬਹੁਤ ਸੋਹਣਾ ਬਣਦਾ ਇਹਦੇ ਨਾਲ। ਪਹਿਲਾਂ ਸਾਰੀਆਂ ਸਾਈਡ ਵਾਲੀਆਂ ਪੱਤੀਆਂ ਬਣਾਵਾਂਗੇ ਆਪਾਂ।
ਇਸ ਤਰ੍ਹਾਂ ਹੌਲੀ ਹੌਲੀ ਪੱਤੀਆਂ ਤਿਆਰ ਕਰਨੀਆਂ ਆਪਾਂ। ਦੁਬਾਰਾ ਫਿਰ ਆਪਾਂ ਉੱਪਰ ਦੀ ਰਿਪੀਟ ਕਰਾਂਗੇ। ਹੁਣ ਆਪਾਂ ਇਹ ਵਾਲੀ ਪੱਤੀ ਤਿਆਰ ਕਰਾਂਗੇ। ਛੋਟੇ ਬ੍ਰਸ਼ ਨੂੰ ਮੈਂ ਇਸ ਕਰਕੇ ਤੁਹਾਨੂੰ ਦੱਸਣ ਲੱਗੀ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਵੇ। ਤੁਸੀਂ ਪਹਿਲਾਂ ਜਦੋਂ ਸ਼ੁਰੂ ਸਟਾਰਟਿੰਗ ਦੇ ਵਿੱਚ ਕਰਨ ਲੱਗੇ ਤੁਸੀਂ ਛੋਟੇ ਬ੍ਰੱਸ਼ ਨਾਲ ਹੀ ਟਰਾਈ ਕਰਨਾ, ਵੱਡੇ ਬ੍ਰੱਸ਼ ਨਾਲ ਹਰ ਇੱਕ ਤੋਂ ਠੀਕ ਨਹੀਂ ਆਉਂਦਾ, ਪ੍ਰੋਬਲਮ ਆਉਂਦੀ ਹੈ ਵੱਡੇ ਬ੍ਰੱਸ਼ ਨਾਲ, ਉਹਦੇ ਨਾਲ ਬਹੁਤ ਧਿਆਨ ਨਾਲ ਕਰਨਾ ਪੈਂਦਾ। ਜਿਸ ਤਰ੍ਹਾਂ ਮੈਂ ਹੌਲੀ ਹੌਲੀ ਕਲਰ ਲਾ ਕੇ ਅੱਗੇ ਪੱਤੀ ਨੂੰ ਵਧਾ ਰਹੀ ਹਾਂ, ਉਸੇ ਤਰ੍ਹਾਂ ਹੌਲੀ ਹੌਲੀ ਤੁਸੀਂ ਟਰਾਈ ਕਰਨਾ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਕ ਵਾਰੀ ਬ੍ਰੱਸ਼ ਨੂੰ ਰੰਗ ਲਾਉਣਾ ਅਤੇ ਪੂਰੀ ਪੱਤੀ ਉੱਥੋਂ ਤੱਕ ਕਵਰ ਕਰਨੀ ਹੈ, ਨਹੀਂ ਹੌਲੀ ਹੌਲੀ ਤੁਸੀਂ ਕਰ ਸਕਦੇ ਹੋ। ਜਿਸ ਤਰ੍ਹਾਂ ਵਾਲੀਆਂ ਬਰੀਕ ਪੱਤੀਆਂ ਫਿਰ ਤੋਂ ਜੇ ਤੁਸੀਂ ਮੋਟਾ ਬ੍ਰੱਸ਼ ਵਰਤੋਂਗੇ ਮੋਟੇ ਦੇ ਵਿੱਚ ਤੁਹਾਨੂੰ ਕਾਫੀ ਪ੍ਰੋਬਲਮ ਆਉਣੀ ਆ, ਇਹ ਤੁਸੀਂ ਬਰੀਕ ਬ੍ਰੱਸ਼ ਦੇ ਨਾਲ ਹੀ ਬਣਾ ਸਕਦੇ ਆ। ਵਿੱਚ ਸੁੱਕਿਆ ਕਲਰ ਆ ਜਾਂਦਾ। ਇਹ ਵਾਲਾ ਕਲਰ ਮੈਨੂੰ ਮਿਲਿਆ ਨਹੀਂ, ਇਸ ਕਰਕੇ ਮੈਨੂੰ ਪੁਰਾਣਾ ਹੀ ਵਰਤਣਾ ਪੈ ਰਿਹਾ।
ये वाली पत्ती भी अपनी कंप्लीट होगी। ये वाला फ्लावर भी किसी डिमांड पर ही बन रहा, किसी ने क्या सी वन स्ट्रोक दसो भी किस तरह बन सकता है, इस करके मैं वन स्ट्रोक बनाने लगी हूँ। ਸਾਡੇ ਨੇੜੇ ਵੱਡੀ ਰੋਡ ਆ, ਇਸ ਕਰਕੇ ਸ਼ੋਰ ਸ਼ਰਾਬਾ ਕਾਫੀ ਆਉਂਦਾ ਰਹਿੰਦਾ। ਵਨ ਸਟਰੋਕ ਦੇ ਵਿੱਚ ਤੁਹਾਨੂੰ ਸੁੱਕਣ ਲਈ ਵੀ ਵੇਟ ਕਰਨੀ ਨਹੀਂ ਪੈਂਦੀ, ਤੁਸੀਂ ਨਾਲ ਦੀ ਨਾਲ ਹੀ ਫਲਾਵਰ ਬਣਾ ਸਕਦੇ ਹੋ।
ਦੇਖ ਕੇ ਕੁਛ ਨਾ ਕੁਛ ਟਰਾਈ ਕਰੀ ਜਾਇਆ ਕਰੋ, ਹੌਲੀ ਹੌਲੀ ਇੱਦਾਂ ਹੱਥ ਸਾਫ਼ ਹੋ ਜਾਂਦਾ। ਫਿਰ ਇਹ 7-8 ਸੂਟ ਆ ਮੇਰੇ ਕੋਲ, ਸਾਰੇ ਮਸਲੀਨ ਦੇ ਹੀ ਆ ਇਹ, ਇੱਕ ਕਨੇਡਾ ਤੋਂ ਕਿਸੇ ਦਾ ਆਰਡਰ। ਸੋ ਆਪਣੀ ਇਹ ਪੱਤੀ ਕੰਪਲੀਟ ਹੋ ਗਈ। ਹੁਣ ਆਪਾਂ ਸੈਂਟਰ ਵਾਲੀ ਪੱਤੀ ਕਰਾਂਗੇ। ਵਨ ਸਟ੍ਰੋਕ ਬਹੁਤ ਸੌਖਾ ਤਰੀਕਾ, ਤੁਸੀਂ ਡਰੋਅ ਕਰਕੇ ਵੀ ਕਰ ਸਕਦੇ ਹਾਂ, ਜੇ ਅਦਰਵਾਈਜ਼ ਤੁਹਾਨੂੰ ਲੱਗਦਾ ਵੀ ਡਰੋਅ ਕਰਨ ਦੀ ਤੁਹਾਨੂੰ ਨਹੀਂ ਲੋੜ, ਤੁਸੀਂ ਬਿਨਾਂ ਡਰੋਅ ਕੀਤੇ ਵੀ ਕਰ ਸਕਦੇ ਹੋ। ਚਾਹੇ ਤੁਸੀਂ ਡਰੋਅ ਕਰਕੇ ਬਣਾਉਣਾ, ਚਾਹੇ ਤੁਸੀਂ ਬਿਨਾਂ ਡਰੋਅ ਕਰਕੇ ਬਣਾਉਣਾ, ਪੱਤੀਆਂ ਤੁਸੀਂ ਹਮੇਸ਼ਾ ਸਾਈਡਾਂ ਵਾਲੀਆਂ ਪਹਿਲਾਂ ਬਣਾਉਣੀਆਂ, ਸਾਈਡਾਂ 'ਤੇ ਫਲਾਵਰ ਸ਼ੁਰੂ ਹੋਣਾ ਤੁਹਾਡਾ। ਸੈਂਟਰ ਵਾਲੀਆਂ ਪੱਤੀਆਂ ਬਾਅਦ ਵਿੱਚ ਬਣਾਉਣੀਆਂ।
ਜਦੋਂ ਪਤਲੀ ਪਰ ਪੱਤੀ ਆ ਜਾਂਦੀ ਹੈ ਨਾ ਉਦੋਂ ਇਸ ਤਰ੍ਹਾਂ ਬ੍ਰੱਸ਼ ਹੌਲੀ ਹੌਲੀ ਉਹਨੂੰ ਘੁਮਾ ਲਿਆ ਕਰੋ। ਠੀਕ ਹੈ, ਇੱਥੇ ਆਪਾਂ ਵਾਈਟ ਸ਼ੇਡ ਦੇਣਾ ਸੀ, ਇਸ ਕਰਕੇ ਪੱਤੀ ਘੁਮਾਉਣੀ ਆਪਾਂ ਨੂੰ, ਸੋਰੀ ਬ੍ਰੱਸ਼ ਘੁਮਾਉਣਾ ਪਿਆ ਆਪਾਂ ਨੂੰ। ਇੱਕ ਦੋ ਵਾਰੀ ਤੁਸੀਂ ਰਿਪੀਟ ਕਰੋਗੇ ਉੱਪਰ ਆਪਣੇ ਆਪ ਹੀ ਸਫਾਈ ਆ ਜਾਣੀ ਹੈ। ਇਹ ਵਾਲੀ ਪੱਤੀ ਆਪਾਂ ਸੈਂਟਰ 'ਚੋਂ ਲਵਾਂਗੇ ਕਿਉਂਕਿ ਇਹਦੀ ਇੱਧਰੋਂ ਵਾਲੀ ਪੱਤੀ ਬਰੀਕ ਆ ਜਾਂਦੀ ਹੈ ਨਾ। ਜਿੱਥੇ ਪੱਤੀ ਬਰੀਕ ਆ ਜਾਂਦੀ ਥੋੜ੍ਹਾ ਬ੍ਰੱਸ਼ ਨੂੰ ਘੁਮਾ ਲਿਆ ਕਰੋ, ਟੇਢਾ ਕਰ ਲਿਆ ਕਰੋ, ਜਿਸ ਤਰ੍ਹਾਂ ਦੇਖੋਗੇ ਤੁਸੀਂ ਇਸ ਤਰ੍ਹਾਂ। ਠੀਕ ਹੈ, ਸੈਂਟਰ ਦੇ ਵਿੱਚ ਜਿਹੜੀ ਪੱਤੀ ਬਣਾਉਣੀ ਆਪਾਂ ਡਾਰਕ ਹੀ ਬਣਾਉਣੀ ਆ, ਉਹ ਇੱਕੋ ਕਲਰ ਹੀ ਬਣਾਉਣੀ ਆ। ਠੀਕ ਹੈ, ਇਸ ਤਰ੍ਹਾਂ ਬਣਨਾ ਹੈ, ਬਹੁਤ ਸੌਖਾ ਤਰੀਕਾ, ਕੋਈ ਔਖਾ ਨਹੀਂ ਹੈਗਾ। ਕੁਛ ਨਾ ਕੁਛ ਟਰਾਈ ਕਰੀ ਜਾਇਆ ਕਰੋ ਦੇਖ ਕੇ। ਅੱਜ ਮੇਰਾ ਰੰਗ ਖਤਮ ਹੋਇਆ ਹੋਇਆ ਸੀ, ਮੈਨੂੰ ਜ਼ਰੂਰੀ ਚਾਹੀਦਾ ਸੀ, ਮਿਲਿਆ ਨਹੀਂ, ਸੋ ਮੈਂ ਇੱਥੋਂ ਜਾ ਵੀ ਨਹੀਂ ਹੋਇਆ। ਨੇੜਿਓ ਰੰਗ ਮਿਲਦੇ ਨਹੀਂ ਇਹ, ਅਤੇ ਸਾਡੀ ਕੋਈ ਸ਼ੌਪ ਹੈ ਨਹੀਂ ਬਹੁਤੀ ਵੱਡੀ। ਹੁਣ ਮੈਂ ਤੁਹਾਨੂੰ ਇੱਕ ਦੋ ਪੱਤੀਆਂ ਦੱਸੂੰਗੀ, ਮਲਟੀ ਸ਼ੇਡ ਦੇ ਵਿੱਚ ਪੱਤੀਆਂ ਬਣਾਵਾਂਗੇ ਆਪਾਂ ਇਹਦੀਆਂ।
ਆਪਾਂ ਤਿੰਨ ਕਲਰ ਲਵਾਂਗੇ, ਬਰਾਊਨ, ਜੈਲੋ ਅਤੇ ਲੀਫ ਗ੍ਰੀਨ, ਨਹੀਂ ਸੈਪ ਗ੍ਰੀਨ ਆ, ਇਹ ਸੈਪ ਗ੍ਰੀਨ, ਇਹ ਤਿੰਨ ਕਲਰ ਲਵਾਂਗੇ ਆਪਾਂ। ਇਹਦੇ ਵਿੱਚ ਵਾਈਟ ਦਾ ਵੀ ਟੱਚ ਦੇਵਾਂਗੇ ਆਪਾਂ ਪੱਤੀਆਂ ਦੇ ਵਿੱਚ। ਇਹ ਵਾਲੀਆਂ ਡੰਡੀਆਂ ਜਿਹੜੀਆਂ ਇਹ ਵੀ ਮੈਂ ਫਲੈਟ ਬਰੱਸ਼ ਦੇ ਨਾਲ ਹੀ ਤੁਹਾਨੂੰ ਕਰਕੇ ਦੱਸਦੀ ਹਾਂ। ਬਰੀਕ ਬਰੱਸ਼ ਦੇ ਨਾਲ ਕਈ ਵਾਰ ਹੱਥ ਆਪਣਾ ਹਿੱਲ ਜਾਂਦਾ, ਉਹ ਚੀਜ਼ ਨਹੀਂ ਬਣਦੀ। ਦੇਖੋ ਬਹੁਤ ਵਧੀਆ ਇਕਸਾਰ ਬਣ ਜਾਂਦੀਆਂ, ਇਹ ਕੋਈ ਵੱਡੀਆਂ ਛੋਟੀਆਂ ਨਹੀਂ ਬਣਦੀਆਂ। ਠੀਕ ਹੈ ਜੀ, ਇਸ ਤਰ੍ਹਾਂ ਫਲੈਟ ਬਰੱਸ਼ ਦੇ ਨਾਲ ਕੋਸ਼ਿਸ਼ ਕਰਿਆ ਕਰੋ। ਇਹ ਵਾਲਾ ਫਲਾਵਰ ਵੀ ਮੈਂ ਵਨ ਸਟ੍ਰੋਕ ਹੀ ਬਣਾਇਆ, ਬਹੁਤ ਸੋਹਣਾ ਬਣਿਆ ਫੁੱਲ ਮੇਰਾ। ਬਰਾਊਨ ਦਾ ਟੱਚ ਦੇਵਾਂਗੇ ਨਾਲ ਆਪਾਂ। ਜਿਸ ਤਰ੍ਹਾਂ ਮੇਰਾ ਰੰਗ ਥੋੜ੍ਹਾ ਜਿਹਾ ਫੈਲ ਗਿਆ, ਤੁਹਾਨੂੰ ਪੱਤੀ ਥੋੜ੍ਹੀ ਵੱਡੀ ਕਰ ਸਕਦੇ ਹਾਂ, ਕਿਉਂਕਿ ਵੱਡੀ ਕਰੀ ਬਿਨਾਂ ਥੋੜ੍ਹਾ ਇੱਕ ਆਪਣਾ ਇੱਕ ਜਿਹੜਾ ਕਵਰ ਨਹੀਂ ਹੋਣਾ। ਸੋ ਆਪਣੀ ਪੱਤੀ ਬਣ ਗਈ। ਇੱਕ
ਗੋਰੇ ਦੇ ਨਾਲ ਦੀ ਪੱਤੀ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਹਾਂ। ਇਹ ਆਪਾਂ ਪੀਲੇ ਦਾ ਟੱਚ ਦੇਵਾਂਗੇ। ਸੂਟ ਦਾ ਆਪਣੇ ਦਾ ਕਲਰ ਥੋੜ੍ਹਾ ਡਾਰਕ ਆ, ਇਸ ਕਰਕੇ ਮਲਟੀ ਸ਼ੇਡ ਦੀਆਂ ਬਣਾਈਆਂ ਇਹ। ਮਲਟੀ ਸ਼ੇਡ ਦੀਆਂ ਸੋਹਣੀਆਂ ਲੱਗਦੀਆਂ ਡਾਰਕ ਕੱਪੜੇ ਦੇ। ਸੈਪ ਗ੍ਰੀਨ ਮੈਂ ਹਰ ਪੱਤੀ ਦੇ ਵਿੱਚ ਹੀ ਲੈ ਰਹੀ ਹਾਂ। ਇਹਦੇ ਵਿੱਚ ਵਾਈਟ ਦਾ ਟੱਚ ਦੇਵਾਂਗੇ ਆਪਾਂ। ਇੱਥੇ ਮੇਰੇ ਤੋਂ ਥੋੜ੍ਹਾ ਜਿਹਾ ਕਲਰ ਲੱਗ ਗਿਆ ਸੀਗਾ, ਇਸ ਕਰਕੇ ਮੈਂ ਛੋਟੀ ਜਿਹੀ ਇੱਥੇ ਕਲੀ ਬਣਾਉਂਗੀ। ਹੁਣ ਇੱਕ ਮੈਂ ਤੁਹਾਨੂੰ ਹੋਰ ਦੱਸ ਰਹੀ ਹਾਂ ਉਹ ਫਲਾਵਰ ਦੇ ਉੱਪਰ। ਵਾਈਟ ਕਲਰ ਦੀ ਆਊਟਲਾਈਨ ਕਰਾਂਗੇ ਆਪਾਂ, ਜਿਹਦੇ ਨਾਲ ਫਲਾਵਰ ਆਪਣਾ ਥੋੜ੍ਹਾ ਜਿਹਾ ਨਿਖਾਰ ਜ਼ਿਆਦਾ ਹੋਵੇ ਵਿੱਚ। ਸੋਰੀ ਮੈਨੂੰ ਪਤਾ ਨਹੀਂ ਲੱਗਾ ਕੈਮਰੇ 'ਚ ਆ ਨਹੀਂ ਸੀਗਾ।
ਸੋ ਇਸ ਤਰ੍ਹਾਂ ਆਪਾਂ ਆਊਟਲਾਈਨ ਕਰਨੀ ਆ। ਇਸ ਫਲਾਵਰ ਦੀ ਕਰਨੀ ਸਾਰਿਆਂ ਦੀ ਕਰਨ ਵਾਲੀ ਰਹਿੰਦੀ ਹੈ ਜੀ। ਹਜੇ ਮੇਰੀ ਕੁਛ ਪੱਤੀਆਂ ਵੀ ਰਹਿੰਦੀਆਂ, ਠੀਕ ਹੈ ਜੀ। ਇਸ ਤਰ੍ਹਾਂ ਟਰਾਈ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ। ਜਦੋਂ ਆਪਾਂ ਬ੍ਰੱਸ਼ ਕਦਰ ਲੈ ਕੇ ਬੈਠਦੇ ਹਾਂ, ਕੁਛ ਨਾ ਕੁਛ ਜ਼ਰੂਰ ਬਣ ਜਾਂਦਾ। ਸੋ ਠੀਕ ਹੈ ਜੀ, ਓਕੇ ਬਾਏ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੀ ਵੀਡੀਓ 'ਤੇ।